ਇੱਕ ਕੁਲਚੇ ਵੇਚਣ ਵਾਲੇ ਨੇ ਰਜਿੰਦਰ ਕੌਰ ਭੱਠਲ ਨੂੰ ਹਰਾਤਾ ਜੁੱਤੀਆਂ ਗੰਢਣ ਵਾਲੇ ਫੁਲਾਨੇ ਐਮਐਲਏ ਨੂੰ ਹਰਾਤਾ ਹੁਣ ਮੈਨੂੰ ਇਹ ਗੱਲ ਦੱਸ ਜਿਹੜਾ ਇਹਨਾਂ ਨੇ ਕומר ਵੀਜੇ ਪ੍ਰਤਾਪ ਲਿਆ ਉਹ ਜੁੱਤੀਆਂ ਗੰਢ ਦਾ ਲੋਕਾਂ ਦੀਆਂ ਹਾਂਜੀ ਜਾਂ ਜਿਹੜੇ ਇਹਨਾਂ ਨੇ ਕਾਂਗਰਸ ਕਾਲੀ ਦਲ ਭਾਜਪੀ ਦੇ ਲੀਡਰ ਲਏ ਆ ਉਹ ਕੁਲਚੇ ਲਾਉਂਦੇ ਆ ਜਾਂ ਜਿਹੜਾ ਇਹਨਾਂ ਨੇ ਸੇਵਾ ਸਿੰਘ ਸੇਖਵਾ ਲਿਆ ਤਿੰਨ ਪੀੜੀਆਂ ਕਹਿੰਦਾ ਕਾਲੀ ਦਲ ਚ ਰਹਿਗੀਆਂ ਸਾਡੀਆਂ ਹੁਣ ਉਹਨਾਂ ਨੂੰ ਪਤਾ ਵੀ ਕਾਲੀ ਦਲ ਥੱਲੇ ਡਿੱਗ ਪਿਆ ਕਹਿੰਦਾ ਕਿ ਨਾਮ ਨਾਮ ਜੱਪਣਾ ਤੇ ਪਰਾਇਆ ਮਾਲ ਆਪਣਾ ਹੁਣ ਇਹਨਾਂ ਨੂੰ ਪਤਾ ਵੀ ਉਹ ਜਿਹੜੀ ਉਹ ਸੀਗੀ ਉਹ ਕਾਲੀ ਪਾਰਟੀ ਉਹ ਤਾਂ ਬਣ ਗਈ ਲੱਸੀ ਤੇ ਕਿਉਂ ਆ ਗਿਆ ਨਾਮ ਪਾਰਟੀ ਜਾਂ ਚੱਕ ਲੋ ਕਹਿੰਦਾ ਚੱਕ ਲੋ ਅਖ ਡੱਬੀ ਦੇ ਵਿੱਚ ਪਾ ਲੋ ਮਿੱਤਰੋ ਫੀਮ ਵਰਗੀ ਉਹ ਗੱਲ ਹੋਈ ਪਈ ਇਹਨਾਂ ਦੀ ਅੱਛਾ ਹੁਣ ਜਿਹੜਾ ਸੇਵਾ ਸਿੰਘ ਸੇਖਵਾ ਇਹ ਬੌਕਰ ਭਾਰੀ ਮਾਰਨ ਜਾਂਦਾ ਲੋਕਾਂ ਦੇ ਮੰਨਦਾ ਸੰਦਾ ਸਹੀਂ ਕਿ ਲੋਕਾਂ ਦੇ ਦਿਹਾੜੀ ਜਾਂਦਾ ਜਾਂ ਲੋਕਾਂ ਦੇ ਬੂਟ ਪਾਲਸ਼ ਕਰਦਾ ਇਹ ਇਹ ਗੱਲਾਂ ਕਿਉਂ ਜੀਆਂ ਕਰਦੇ ਮੈਨੂੰ ਵਿਖਾਉਣ ਤਾਂ ਸੇ ਵੀ ਆਮ ਬੰਦੇ ਆ ਕਿੱਥੇ ਆ 40 ਹਲਕਾ ਇਨਚਾਰਜ ਕੇਜ਼ੀ ਵੱਲ ਖੁਦ ਨਹੀਂ ਚਾਹੁੰਦਾ ਕਿ ਪੰਜਾਬ ਦੇ ਵਿੱਚ ਸਰਕਾਰ ਬਣੇ ਜੇਕਰ ਚਾਹੁੰਦਾ ਹੁੰਦਾ ਕਿ ਅੱਜ ਤੁਸੀਂ ਵੇਖਿਆ ਨਹੀਂ ਮਤਲਬ ਇਹਨਾਂ ਦੀ ਆਮ ਪਾਰਟੀ ਸੁੱਤੀ ਜੀ ਪਈ ਹੋਵੇ ਜਿਵੇਂ ਸੌਂ ਜੇ ਗਈ ਹੋਵੇ ਨੀਂਦੀਆਂ ਗੋਲੀਆਂ ਖਾ ਕੇ ਐਂ ਸੌਂਗੇ ਆ ਲੋਕਾਂ ਲੋਕ ਮੈਨੂੰ ਕਹਿਣਗੇ ਨਾ ਕਿ ਤੂੰ ਪਤਾ ਨਹੀਂ ਕੀ ਖਾਣਾ ਹੁਣ ਤੁਸੀਂ ਮੇਰੇ ਕੋਲ ਸਾਹਮਣੇ ਬੈਠੇ ਮੈਂ ਕਹਾਂ ਕੈਮਰਾ ਲਈ ਚਲੋ ਜਿੱਥੇ ਮੇਰਾ ਮਰਜ਼ੀ ਟੈਸਟ ਕਰਾ ਲਓ ਇੱਕ ਬੀੜੀ ਤੱਕ ਦਾ ਵੀ ਨਸ਼ਾ ਨਿਕਲ ਆਇਆ ਆਪਾਂ ਜਾਣਦੇ ਇਹਨੂੰ ਤਿਆਰ ਆ ਮੇਰਾ ਪਲਟੌ ਚਿੱਟਾ ਪੀਣਾ ਤੁਸੀਂ ਹੁਣ ਮੇਰੇ ਘਰੇ ਜਾਉਂਗੇ ਘਰ ਮੇਰਾ ਵੇਖ ਲੈ ਜੇ ਕਿਹੜਾ ਮੈਂ ਚਿੱਟਿਆਂ ਵਾਲਾ ਤੇ ਇਹ ਹੁਣ ਮਤਲਬ ਇਹ ਕਹਿੰਦੇ ਚਿੱਟਾ ਮੈਂ ਕਹਿੰਦਾ ਜੇਕਰ ਚਿੱਟੇ ਪੀਣ ਦੇ ਨਾਲ ਉਹ ਡੱਫਰ ਲੋਕਾਂ ਨੂੰ ਕਹਿ ਦਵਾਂ ਚਾਹੇ ਉਹ ਝਾੜੂ ਦੇ ਚਾਹੇ ਕਾਲੀ ਦਾਲ ਦੇ ਚਾਹੇ ਕਿਸੇ ਦੇ ਆ ਜੇਕਰ ਚਿੱਟਾ ਪੀਤੇ ਦੇ ਨਾਲ ਖੀਮ ਖਾਦੀ ਦੇ ਨਾਲ ਪੋਸਟ ਖਾਦੀ ਦੇ ਨਾਲ ਪੰਜਾਬ ਦੇ ਵਿੱਚ ਲੋਕ ਬੋਲਦੇ ਹੁੰਦੇ ਨਾ ਤੇ ਅੱਜ ਨੂੰ ਜਿੰਨੇ ਨਸ਼ੇਲੀ ਉਹਨਾਂ ਨੇ ਕ੍ਰਾਂਤੀ ਲੈ ਆਉਣੀ ਸੀ ਮੰਨਦੇ ਹੋ ਜੀ ਇਹ ਗੱਲ ਬਿਲਕੁਲ ਉਹਨਾਂ ਨੇ ਕ੍ਰਾਂਤੀ ਲਿਆਉਣੀ ਸੀ ਇਹ ਲੋਕਾਂ ਨੂੰ ਪਤਾ ਨਹੀਂ ਹੁਣ ਕੇਜਰੀਵਾਲ ਨੇ 40 ਹਲਕਿਆਂ ਇੰਚਾਰਜ ਪਰੇ ਕਰਤੇ ਆ ਹੁਣ ਮੈਂ ਤੁਹਾਨੂੰ ਪਹਿਲੇ ਦੱਸਣੇ ਵੀ ਇਹ ਸਿਆਸਤ ਕੋਈ ਮਤਲਬ ਬਦਲ ਨਹੀਂ ਬਦਲਣੀ ਜੀ ਜੀ ਕਹਿੰਦੇ ਆਖੇ ਆਖੇ ਬੁੱਲਿਆ ਗੰਮ ਨਾ ਕਰਿਆ ਕਰ ਕਕਦੀਰ ਬਦਲਦੀ ਰਹਿੰਦੀ ਆ ਬੁੱਲਿਆ ਗਮ ਨਾ ਕਰਿਆ ਕਰ ਤਕਦੀਰ ਬਦਲਦੀ ਰਹਿੰਦੀ ਆ ਸ਼ੀਸ਼ਾ ਸ਼ੀਸ਼ਾ ਰਹਿੰਦਾ ਬਸ ਤਸਵੀਰ ਬਦਲਦੀ ਰਹਿੰਦੀ ਆ ਹੁਣ ਤੁਹਾਡੀ ਕਾਰ ਦੇ ਸ਼ੀਸ਼ਾ ਲੱਗਿਆ ਹੋਣਾ ਤੁਸੀਂ ਜਾ ਕੇ ਵੇਖ ਲਓ ਸ਼ੀਸ਼ੇ ਨੇ ਸ਼ੀਸ਼ਾ ਹੀ ਰਹਿਣਾ ਤੇ ਮੈਂ ਵੇਖੂਗਾ ਜਾ ਕੇ ਸ਼ੀਸ਼ੇ ਨੇ ਸ਼ੀਸ਼ਾ ਹੀ ਰਹਿਣਾ ਆ ਭਾਈ ਤਸਵੀਰ ਬਦਲ ਜਾਣੀ ਆ ਉਹ ਗੱਲ ਆ ਸੱਪ ਸਾਪ ਹੀ ਰਹਿੰਦਾ ਉਹ ਬਸ ਡੰਗ ਬਦਲ ਰੰਗ ਬਦਲ ਜਾਂਦਾ ਚਾਹੇ ਉਹ ਸੁਖਬੀਰ ਬਾਦਲ ਕੇ ਹੋਣ ਉਹ ਡੰਗ ਮਾਰਨਗੇ ਬਸ ਉਹ ਸੱਪ ਨੀਲੇ ਰੰਗ ਦਾ ਉਹਨਾਂ ਦੀ ਪੱਗ ਨੀਲੀ ਬੱਤੀ ਹੁੰਦੀ ਆ ਮਤਲਬ ਨੀਲੇ ਨੂੰ ਪ੍ਰਮੋਟ ਕਰਦੇ ਉਹ ਜਿਹੜੇ ਆ ਕਾਂਗਰਸ ਹੀ ਆ ਇਹ ਜਿਹੋ ਜਿਹਾਂ ਰੰਗੋਂ ਤੋਂ ਹੋ ਜਾਈ ਸਾਪਾ ਕਦੇ ਮਿੱਟੀ ਰੰਗਾ ਕਦੇ ਕਿਹੋ ਜਾਂ ਤੇ ਜਿਹੜੇ ਆ ਹੈਗੇ ਹੁਣ ਝਾੜੂ ਵਾਲੇ ਆ ਇਹ ਹੈਗਾ ਪੀਲਾ ਸੱਪ ਵੀ ਐ ਡੰਗ ਮਾਰਨਾ ਜਾ ਕੇ ਬੰਦਾ ਪੀਲਾ ਪੀਲਾ ਹੋ ਜਾਂਦਾ ਲੋਕਾਂ ਨੇ 17 ਦੇ ਵਿੱਚ ਅਸੀਂ ਵੀ ਕਿਹਾ ਸੀ ਯਾਰ ਬੜਾ ਵਧੀਆ ਪਤਾ ਨਹੀਂ ਕੀ ਕਰ ਦੇਣਾ ਕੀ ਨਹੀਂ ਕਰ ਦੇਣਾ ਪਰ ਮੁੱਖ ਦੀ ਗੱਲ ਮੈਂ ਇੱਥੇ ਕਹਿ ਰਿਹਾ 40 ਹਲਕਾ ਇੰਚਾਰਜ ਇਹਨਾਂ ਨੇ ਜਦੋਂ ਪਰੇ ਕੀਤੇ ਆ ਆਮ ਪਾਰਟੀ ਉਹਦੇ ਪੰਜਾਬ ਦੇ ਵਿੱਚੋਂ ਖਤਮ ਹੋ ਗਈ ਸੀ ਬਾਈ ਦੇ ਵਿੱਚ ਆਮ ਪਾਰਟੀ ਨਹੀਂ ਆ ਸਕਦੀ ਇਹ ਲਿਖਾ ਲਓ ਮੈਥੋਂ ਕੇਜੀ ਵੱਲ ਚਾਹੁੰਦਾ ਹੁੰਦਾ ਤਾਂ ਜਿਹੜੇ 40 ਹਲਕਾ ਇੰਚਾਰਜ ਇਹਨਾਂ ਨੇ ਪਰੇ ਕੀਤੇ ਆ ਪਹਿਲਾਂ 39 ਕੀਤੇ ਸੀਗੇ ਇੱਕ ਸੇਵਾ ਸਿੰਘ ਸੇਖਵਾ ਲਿਆ ਹੁਣ ਇਹ ਜਿਹੜਾ ਵਿਚਾਰਾ ਪੁਝਾੜੂ ਮਾਰਨ ਵਾਲਾ ਲਿਆ ਜਿਹੜਾ ਇਹਨਾਂ ਨੇ ਹੁਣ ਉਹਨੂੰ ਵੀ ਤਖਸਰ ਉਹਦੇ ਮੁੰਡਿਆਂ ਤੋਂ ਟਿਕਟ ਦੇਣ ਗਈ ਜਿਹੜੇ ਤਾਂ ਵਿਚਾਰਿਆਂ ਨੇ ਪਰਚੇ ਚੱਲੇ 2013 14 15 16 ਦੇ ਵਿੱਚ ਪਾਰਟੀਆਂ ਦੇ ਵਿੱਚ ਆਏ ਮੈਂ ਵੇਖਦਾ ਰਿਆਂ ਤੇ ਉਹਨਾਂ ਦੇ ਕਦੇ ਕਿਸੇ ਤੇ ਪਰਚਾ ਪੈ ਗਿਆ ਕਿਸੇ ਨੂੰ ਜਾਂ ਕੇਂਦਰ ਸਿੱਟਤਾ ਉਹ ਬੰਦਿਆਂ ਨੂੰ ਹਲਕੇਨ ਚਾਰਜ ਲਾਤੇ ਇਹਨਾਂ ਨੇ ਅਖੇ ਜਦੋਂ ਤਾਂ ਪੁੱਤ ਭਾਰ ਆ ਉਦੋਂ ਤੂੰ ਚੱਕ ਲਾ ਸਿੱਧੇ ਤੌਰ ਤੇ ਕਹਿੰਦੇ ਜਦੋਂ ਤਾਂ ਇਹ ਖ ਭਾਰ ਸੀਗਾ ਜਦੋਂ ਐ ਪੂਰੀ ਕਹ ਲੋ ਬੰਦਾ ਫਸਣ ਵਾਲਾ ਸੀ ਉਦੋਂ ਤਾਂ ਮਾਂ ਨੇ ਬਗਾਨਾ ਪੁੱਤ ਅੱਗੇ ਕਰਤਾ ਮਤਰਿਆ ਆ ਤੇ ਜਦੋਂ ਘੋਖਾਂ ਦੀ ਵਾਰੀ ਆਈ ਉਦੋਂ ਨੇ ਆਪਦੇ ਪੁੱਤ ਨੂੰ ਕਹਦਾ ਕਿ ਨਹੀਂ ਪੁੱਤ ਰਜਿਸਟਰੀ ਕਰਾਉਣ ਆਪਦੇ ਨਾਂ ਤੇ